सो हे गाइस वेरी सब सस्काल साथ में की हाल जी आई होप ते सारे मेरी बहुत ज्यादा बढ़िया सो आंदी गाइस ए व्लॉग जड़ा होएगा बाकी ਤੁਸੀਂ ਇਹ ਸ਼ੇਅਰ ਜੂ ਕਰੋ ਜਿੰਨਾ ਤੁਹਾਡੇ ਕੋਲ ਸ਼ੇਅਰ ਹੋਏ ਸ਼ੇਅਰ ਕਰੋ ਕਿ ਅੰਕਲ ਬਹੁਤ ਮਿਹਨਤ ਕਰਦੇ ਨੇ ਤੇ ਬਸ ਤੁਸੀਂ ਆਇਓ ਜੂ ਤਾਂ ਬਾਕੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੱਸਦੇ ਆ ਤੇ ਬਸ ਤੁਸੀਂ ਵਲੌਗ ਨੂੰ ਐਂਡ ਤੱਕ ਵੇਖੋ ਬਾਕੀ ਬਹੁਤ ਵਧੀਆ ਲੱਗੇ ਤੁਹਾਨੂੰ ਤੇ ਬਸ ਲਾਈਕ ਮੈਂ ਸ਼ੇਅਰ ਜੂ ਕਰ ਦਿਓ ਤੇ ਬਸ ਤੁਸੀਂ ਵੇਖਦੇ ਰਹੋ ਵਲੌਗ ਓਕੇ ਜੀ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਵਾਹਿਗੁਰੂ ਮਹਾਰਾਜ ਕਲਗੀਆਂ ਵਾਲਾ ਤੁਹਾਡੀ ਹਰ ਸਹਾਇਤਾ ਕਰੇ ਹਰ ਤਮੰਨਾ ਪੂਰੀਆਂ ਕਰੇ ਜਿਹੜਾ ਗਰੀਬ ਜੀ ਸੁਣਦਾ ਕਲਗੀਆਂ ਵਾਲਾ ਆਪ ਸੁਣਦਾ ਸਾਡੀ ਕੀ ਉਹਦੀ ਕੀ ਕਰਾਂ ਵਡਿਆਈ ਸਾਹਿਬ ਤਾਂ ਵੱਡਾ ਕੋਈ ਉਚਾਰ ਨਹੀਂ ਹੋਇਆ ਨਾ ਕੋਈ ਹੋਏਗਾ ਹੇ ਪਿਤਾ ਤੇਰੇ ਅੱਗੇ ਮੇਰੀ ਬੇਨਤੀ ਤੇਰੀ ਜੀ ਕਾਲ ਦੇ ਪ੍ਰਸਤੀ ਤੇਰੇ ਗੁਣ ਗਾਉਂਦਿਆ ਮੇਰੀ ਆਵਾਜ਼ ਨਹੀਂ ਦਿੰਦੀ ਰਾਤ ਦਿਨ ਨਾ ਥੱਕਾਂ ਤੇਰੀ ਸੋਭਾ ਕਰ ਲਾ ਮੈਂ ਅਨੁਸਤਾ ਤੇਰਾ ਦਰ ਮੱਲਿਆ ਕੋਈ ਨਾ ਜਗ ਦੇ ਸਹਾਰਾ ਬਣ ਲਾ ਮੈਂ ਨਾਲ ਬਹਿ ਜਾ ਕਲਗੀਆਂ ਵਾਲਾ ਬਣ ਲਾ ਠੋਕਰਾਂ ਬਹਿੜੀਆਂ ਖਾਧੀਆਂ ਭੈਣ ਭਰਾ ਕੋਈ ਨਾ ਬਣਿਆ ਖੀਰ ਬਗਾਨਾ ਬਣ ਕੇ ਮੈਂ ਉਹ ਬਾਬਾ ਕਲਗੀਆਂ ਵਾਲੇ ਦਾ ਪੱਲਾ ਪੜਿਆ ਉਹਦੇ ਵਰਗਾ ਦੁਨੀਆਂ 'ਚ ਨਹੀਂ ਹੈਗਾ ਕੋਈ ਸਾਰੇ ਵਰਲਡ ਘੁੰਮ ਲਓ ਪਰ ਪੁੱਤਣਾ ਤਾਂ ਦਾਨੀ ਕੋਈ ਨਹੀਂ ਹੋਏਗਾ ਹਾਂਜੀ ਉਹ ਤਾਂ ਜਿਹਨੂੰ ਕਹਿੰਦੇ ਇਹ ਦੁੱਖ ਭੰਜਣ ਮੇ ਦੁੱਖ ਭੰਜਣ ਉਹਦਾ ਨਾਮ ਜੀ ਦੁੱਖ ਸਾਰੇ ਆਪ ਗਵਾਵੇ ਦੁੱਖ ਭੰਜਣ ਤੇਰਾ ਨਾਮ ਜੀ ਹਾਂਜੀ ਉਹ ਤਾਂ ਦੁੱਖ ਉਹ ਦੁੱਖ ਭੋਜੂ ਕੋਈ ਬੇਰ ਪਾਣੀ ਚਰਾਵਤ ਲਾਇਓ ਸਾਰੇ ਕਸ਼ਟ ਕੱਟੇਗਾ ਉਹ ਤਾਂ ਉਹਦੇ ਵਰਗਾ ਦੁਨੀਆਂ 'ਤੇ ਨਹੀਂ ਜੇ ਹਾਂਜੀ ਅਸੀਂ ਸੀ ਕਹਿੰਦੇ ਹੱਥ ਕੇ ਦਹਾ ਦਿੰਦੇ ਹਾਂ ਉਹਦੇ ਵਰਗਾ ਦੁਆ ਕੋਈ ਦਾਨੀ ਨਹੀਂ ਹੋਇਆ ਨਾ ਉਹ ਹੋਏਗਾ ਇਹ ਮੇਰੇ ਗਰੰਟੀ ਜੇ ਹਾਂਜੀ ਆਪਣੀ ਟਾਈਮਿੰਗ ਕੀ ਵੈਸੇ ਤੁਸੀਂ ਕਿੰਨੇ ਵਜੇ ਆਉਂਦੇ ਬਣਾਓ ਪੁੱਤ ਤੁਸੀਂ ਕਿੰਨੇ ਵਜੇ ਆਉਂਦੇ ਇੱਧਰ ਮੈਂ ਸਿਰ 12 ਇੱਕ ਵਜੇ ਜਾਂਦਾ ਪੁੱਤ 12 ਵਜੇ ਤੇ ਜਾਂਦੇ ਕਿੰਨੇ ਵਜੇ 12 ਇੱਕ ਤੋਂ ਆ ਪਹਿਲਾਂ ਜੀ ਆ ਜਾ ਮਾਲ ਤਿਆਰ ਕਰਾਉਣਾ ਹੁੰਦਾ ਅੱਛਾ ਅੱਛਾ ਠੀਕ ਹੈ ਜਾਣਾ ਪੈਂਦਾ ਅੱਛਾ ਤੇ ਐਡਰੈਸ ਦੱਸ ਦਿਓ ਐਡਰੈਸ ਕੀ ਤੁਹਾਡਾ ਇੱਧਰ ਦਾ ਕਿੱਥੇ ਹੈਗੀ ਜਗ੍ਹਾ ਇਹ ਜਗ੍ਹਾ ਇੱਧਰ ਵਾਲਾ ਇੱਥੇ ਹਾਂ ਇਹ ਜਗ੍ਹਾ ਦਾ ਨਾਮ ਕੀ ਆ ਨਾ ਮੈਂ ਕਿ ਇੱਧਰ ਟਾੜੀ ਵਰਗ ਬਿਆਨ ਕੇ ਬਹਿ ਗਿਆ ਅੱਛਾ ਤੁਹਾਨੂੰ ਵੀ ਨਹੀਂ ਪਤਾ ਉਹਦੇ ਧਰਮ ਮਾਇਆ ਅਜੀਤ ਨਗਰ ਹੈਗਾ ਵਾ ਇੱਥੇ ਅਜੀਤ ਨਗਰ ਦੇ ਬਿਲਕੁਲ ਸਾਹਮਣੇ ਹੈ ਗੋਲ ਤੇ ਚੌਕ ਕਰਾਂਦਾ ਵਾ ਟਾੜੇ ਵਰਗੇ ਆਉਂਦੇ ਉਦੋਂ ਕੀ ਲੈ ਹਾਂ ਤੇ ਸਾਰੇ ਦਾ ਪ੍ਰਾਈਸ 10 ਰੁਪਏ ਅੰਕਲ ਬਹੁਤ ਮਿਹਨਤ ਕਰਦੇ ਆ ਮੈਂ ਤੁਸੀਂ ਬਹੁਤ ਮਿਹਨਤ ਕਰਦੇ ਹੋ ਮਗਰ ਰੱਬ ਤੁਹਾਡੀ ਮੈਂ ਮਿਹਨਤ ਤਾਂ ਜ਼ਰੂਰ ਪੂਰੀਆਂ ਕਰੇਗਾ ਇੱਕ ਦਿਨ ਸਾਰੀ ਧਾਵਣਾ ਤੇਰੀਆਂ ਸੱਚੀਆਂ ਹੋਣਗੀਆਂ ਹਾਂਜੀ ਮਹਾਰਾਜ ਕਲੀਅਰ ਕਰੇਗਾ ਤੂੰ ਜਿਹੜੇ ਪਾਸੇ ਜਾਏਗਾ ਤੇਰੀ ਜੈ ਜੈਕਾਰ ਕਰਾਏਗਾ ਕੰਡਾ ਨਹੀਂ ਚੁੱਭਣ ਚਾਹੀਦਾ ਦੇਖ ਲਾ ਜਮਾ ਕੇ ਜੇ ਉਹਨਾਂ ਕੋਠੀਆਂ ਦੇ ਸਕਦਾ ਪੁੱਤ ਦੇ ਸਕਦਾ ਸਾਡੀ ਇਹ ਪ੍ਰਾਰਥਨਾ ਨਹੀਂ ਸੁਣੇਗਾ ਮਨ ਸੱਚਾ ਰੱਖੋ ਸੱਚ ਨੂੰ ਕੋਈ ਆਂਚ ਨਹੀਂ ਝੂਠ ਨੂੰ ਖੰਡ ਝੂਠ ਖੰਡ ਖੱਟ ਸੱਚ ਕੌੜਾ ਉਹ ਤੇ ਆ ਉਹ ਸੱਚਾਈ ਦੀ ਗੱਲ ਆ ਬਾਕੀ ਬੇਟਾ ਮਨ ਨੂੰ ਬੰਨੋ ਕਦੀ ਤੁਸੀਂ ਡੋਲੋ ਨਹੀਂ ਜੇ ਮਨ ਬਚ ਗਿਆ ਸਾਰਾ ਕੁਝ ਬਚ ਤੇ ਗਾਇਸ ਬਾਕੀ ਤੁਸੀਂ ਆਇਓ ਜ਼ਰੂਰ ਮੈਂ ਕਿਹਾ ਅੰਕਲ ਬਹੁਤ ਮਿਹਨਤ ਕਰਦੇ ਨੇ ਪੂਰੇ ਪੂਰਾ ਸਲਿਊਟ ਹੈ ਤੁਹਾਨੂੰ ਸਾਰਿਆਂ ਨੂੰ ਕਿ ਹਾਂ ਵੀ ਤੁਸੀਂ ਇੰਨੀ ਮਿਹਨਤ ਕਰਦੇ ਹੋ ਅਤੇ ਬਸ ਅੰਕਲ ਆਪਣੇ ਆਪ ਮੈਂ ਲੈ ਕੇ ਆਉਂਦੇ ਸਮਾਨ ਸਾਰੀ ਮਿਹਨਤ ਆਪਣੇ ਆਪ ਕਰਦੇ ਨੇ ਅਤੇ ਬਸ ਤੁਸੀਂ ਆਓ ਜਿਹਨੂੰ ਮਰਜ਼ੀ ਪੁੱਛ ਲਓ ਇੱਥੇ ਬਾਬਾ ਜੀ ਫੁੱਲ ਵੜੀਆਂ ਲਾਉਂਦੇ ਨੇ ਹੈ ਨਾ ਹਾਂ ਅਤੇ ਅੰਕਲ ਤੁਸੀਂ ਰਹਿੰਦੇ ਕਿੱਥੇ ਵੈਸੇ ਤੁਹਾਡੇ ਘਰ ਕਿੱਥੇ ਆ ਤੁਹਾਡੇ ਘਰ ਕਿੱਧਰ ਘਰ ਘਰ ਮੇਰਾ ਢੋਲੀ ਮੱਲੇ ਢੋਲੀ ਮੱਲੇ ਅੱਛਾ ਅਤੇ ਗੈਸ ਤੁਸੀਂ ਮੈਂ ਕਿਹਾ ਵਰਾਇਟੀ ਵੇਚ ਸਕਦੇ ਹੋ ਹਰ ਚੀਜ਼ ਦੀ ਵਰਾਇਟੀ ਹੈਗੀ ਆ ਅਤੇ ਸਿਰਫ 10 ਰੁਪਏ ਆ ਹੈ ਨਾ ਕੋਈ ਨਹੀਂ ਜੇ ਉਹ ਪਿਤਾ ਦੇ ਬਣ ਜਾਓਗੇ ਸਭ ਕੁਛ ਝੋਲੀਆਂ ਭਰ ਲਓਗੇ ਅਰੇ ਉਹ ਤੇ ਸੱਚਾਈ ਦੀ ਗੱਲ ਆ ਕਦੀ ਕੰਡਾ ਚੁੱਭਣ ਦਿੰਦਾ ਇਹ ਬਾਜ਼ਾਰ ਦੇ ਵਿੱਚ ਉਹ ਜਿੱਥੇ ਰਾਸਤਾ ਵਾਲਾ ਹਾਂਜੀ ਹਾਂਜੀ ਜੂਸ ਕੱਢਦਾ ਉਹਨੂੰ ਉਹਦੇ ਲਾਗੇ ਬਹਿੰਦਾ ਅੱਛਾ ਸਾਹਮਣੇ ਬੁੱਢੇ ਦੀ ਦੁਕਾਨ ਕਰਾਉਂਦੇ ਹਾਂਜੀ ਹਾਂਜੀ ਹੈਗੀ ਹੈ ਹਾਂ ਨੜ ਚੱਲਣ ਦੇ ਨਹੀਂ ਨਹੀਂ ਮੇਰੀ ਤੂੰ ਸਿਆਣਾ ਤਾਂ ਬਹੁਤ ਗਾੜੀ ਵੀ ਚਿੱਟੀ ਆ ਪਰ ਤੈਨੂੰ ਕਹਿਣ ਲੱਗਿਆ ਸ਼ਰਮ ਨਹੀਂ ਮੈਂ ਗੱਲ ਸੁਣ ਰਾਮ ਨੇ ਰਾਮ ਦੁਨੀਆਂ 'ਚ ਮੰਨਿਆ
ਕਹਿੰਦੇ ਨੇ ਰਾਮ ਬਹੁਤ ਵੱਡਾ। ਹਾਂਜੀ, ਮੈਂ ਰਾਮ ਦੁਨੀਆਂ 'ਤੇ ਮੰਨਿਆ, ਮੈਂ ਰਾਮ ਦੇ ਭੀੜ ਦੇ ਫੇਰ ਦੂਜੇ ਇੱਕ ਪਾਸੇ ਖੱਟੇ ਕੀਤੇ, ਇੱਕ ਪਾਸੇ ਮਿੱਠੇ ਕੀਤੇ। ਹੈਂ, ਮੈਂ ਰਾਮ ਉਹ ਭੀੜੜੀ ਜਿਹੜੀ ਉਹ ਕਰ ਗਈ ਉੱਥੇ। ਮੈਨੂੰ ਵੀ ਗੱਲ ਮੈਂ ਫਿਰ ਮੈਂ ਐਸਾ ਹੀ ਚੀਜ਼ਾਂ ਨੇ। ਅਤੇ ਤੁਸੀਂ ਆਓ ਅਜੀਤ ਨਗਰ ਖੰਡੇ ਵਾਲੇ ਚੌਂਕ ਆ, ਉਹਦੇ ਬਿਲਕੁਲ ਸਮੇਂ ਚਲਾਉਂਦੇ ਆ। ਇੱਧਰ ਮੈਂ ਕਿਹਾ ਵੇਖੋ ਸਭ ਕੁਛ ਲੱਗਾ ਵਾ, ਅਤੇ ਬਸ ਇੱਥੇ ਤੁਹਾਨੂੰ ਮੈਂ ਕਿਹਾ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਆਇਓ ਜ਼ਰੂਰ। ਤੁਸੀਂ ਬਸ ਅੰਕਲ ਨੂੰ ਆਪਣੇ ਪਿਆਰ ਦਿਓ, ਕਿਉਂਕਿ ਅੰਕਲ ਬਹੁਤ ਜ਼ਿਆਦਾ ਪਰੇਸ਼ਾਨੀ 'ਚ ਸੀਗੇ, ਬਟ ਹੁਣ ਅੰਕਲ ਉਹ ਨੋਟੇ ਨੇ, ਠੀਕ ਹੈ ਨਾ। ਅਤੇ ਬਸ ਹੁਣ ਸਾਰੇ ਖਿਆਲ ਰੱਖੋ ਆਪਣਾ, ਅਤੇ ਅੰਕਲ ਤੋਂ ਵੀ ਤੁਸੀਂ ਆਇਓ, ਕਿਉਂਕਿ ਵਾਕਈ ਬੜਾ ਵਧੀਆ ਅੰਕਲ ਬੜੀ ਵਧੀਆ ਗੱਲਾਂ ਵੀ ਕਰਦੇ ਨੇ। ਅਤੇ ਬਸ ਤੁਸੀਂ ਆਇਓ ਜ਼ਰੂਰ, ਠੀਕ ਹੈ, ਆਪਣੇ ਪਿਆਰ ਜੋੜ ਦਿਓ। ਸਤਿ ਸ਼੍ਰੀ ਅਕਾਲ। ਆ ਗਈ।